पहला अर्शदीप सिंह ने खेड जगत विच धुम्मा पा के मोहाली शहर का नाम रोशन किया। हुण एक होर मोहाली के नौजवान रमनदीप सिंह ने अपनी जगह भारतीय क्रिकेट टीम दे विच बनाई है, जिसका मोहाली पहुंचण ते निघा स्वागत किया गया। हलका विधायक सरदार कुलवंत सिंह वल्लों मोहाली च एक प्रोग्राम उलीकिया गया, जिथे रमनदीप सिंह होरां दा सन्मान किया गया। इस मौके मीडिया नाल गलबात करदे हुए रमनदीप सिंह अते उसदे मापिआं ने दस्सिया कि रमनदीप सिंह दे इस मुकाम ते पहुंचण पिछे 17 सालां दी कड़ी मेहनत अते लम्मा संघर्ष है। बहुत बहुत स्वागत है। थैंक यू जी, थैंक यू। अपनी पिच ते खड़े हो, किस तरीके की खुशी हो रही है? बहुत वधिया लग रहा है जी। जिथों क्रिकेट दा आपां सिखिया कि किवें खेडनी है किवें नहीं, उत्थे सन्मानित कर रहे ने तां बहुत वधिया फील हो रहा है। किन्नी की देर प्रैक्टिस करदे सीके ते किस किस दा सपोर्ट रहा सर? मेरे कोच वरिंदर जी का बहुत सपोर्ट रहा, जिवें दे ओह मैनूं शेड्यूल्स बना के दिंदे सीगे, सैशनस बना के दिंदे सीगे, ओह मैं पूरे करन दी कोशिश करदा सीगा, ते उहनां दा बहुत वड्डा योगदान है मेरे पेरेंट्स दे नाल नाल। ਜਦੋਂ ਸਭ ਤੋਂ ਪਹਿਲਾਂ ਪਤਾ ਲੱਗਿਆ ਕਿ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਹੁਣ ਤੁਹਾਡੀ ਜਗ੍ਹਾ ਬਣ ਚੁੱਕੀ ਹੈ, ਕਿਸ ਤਰੀਕੇ ਦੀ ਖੁਸ਼ੀ ਰਹੀ? ਮਤਲਬ ਕੁਛ ਰਿਅਲਾਈਜ਼ ਨਹੀਂ ਹੋ ਰਿਹਾ ਸੀਗਾ ਕਿ ਕਿਵੇਂ ਹੈ, ਮਤਲਬ ਕੁਛ ਡਿਫਰੈਂਟ ਫੀਲ ਜਿਵੇਂ ਆ ਰਹੀ ਸੀ ਉਹ ਸਮਝ ਨਹੀਂ ਆ ਰਹੀ ਸੀ ਕਿ ਇਹੋ ਜਿਹੀ ਫੀਲਿੰਗ ਆ ਰਹੀ ਹੈ, ਅਤੇ ਬਹੁਤ ਵਧੀਆ ਲੱਗਿਆ। ਸਭ ਤੋਂ ਜ਼ਿਆਦਾ ਕਿਹਨੂੰ ਖੁਸ਼ੀ ਹੋਈ ਪੂਰੇ ਫੈਮਿਲੀ ਦੇ ਵਿੱਚ? ਮੇਰੇ ਪਾਪਾ ਮੰਮਾ ਨੂੰ, ਮੇਰੇ ਕੋਚ ਸਾਹਿਬ ਨੂੰ, ਵਰਿੰਦਰ ਜੀ ਨੂੰ, ਇਹਨਾਂ ਮੇਰੀ ਜਿਹੜੀ ਫੈਮਿਲੀ ਮੈਂ ਜਿਹਨਾਂ ਨੂੰ ਮੰਨਦਾ, ਨਿਤਿਨ ਹੈ ਮੇਰੇ ਨਾਲ ਜੋ ਮੇਰੇ ਤੋਂ ਸ਼ੁਰੂ ਤੋਂ ਮੇਰੇ ਨਾਲ ਰਹਿੰਦਾ ਮੁੰਡਾ, ਇਹਨਾਂ ਨੂੰ ਬਹੁਤ ਖੁਸ਼ੀ ਹੋਈ। ਅਤੇ ਆਈ ਪੀ ਐੱਲ ਵੀ ਖੇਡ ਚੁੱਕੇ ਹੋ, ਪਹਿਲਾਂ ਕੀ ਕਹਿਣਾ ਚਾਹੋਗੇ? ਆਈ ਪੀ ਐੱਲ ਬਹੁਤ ਵਧੀਆ ਪਲੇਟਫਾਰਮ ਹੈ ਜੀ ਯੰਗਸਟਰਸ ਲਈ, ਅਤੇ ਮੈਨੂੰ ਲੱਗਦਾ ਕਿ ਜਿਹੜਾ ਆਈ ਪੀ ਐੱਲ 'ਚ ਵਧੀਆ ਪਰਫੋਰਮ ਕਰਦਾ ਉਹਨੂੰ ਉਹਦਾ ਫਲ ਜ਼ਰੂਰ ਮਿਲਦਾ, ਅਤੇ ਮੈਂ ਆਈ ਪੀ ਐੱਲ ਨੂੰ ਕ੍ਰੈਡਿਟ ਦੇਣਾ ਚਾਹੂੰਗਾ ਜਿਹੜਾ ਮੇਰਾ ਇੰਡੀਅਨ ਟੀਮ 'ਚ ਨਾਮ ਆਇਆ, ਤਾਂ ਆਲ ਕ੍ਰੈਡਿਟ ਟੂ ਕੇ ਕੇ ਆਰ। ਹਾਂਜੀ। ਕਿੰਨੀ ਕੁ ਦੇਰ ਪ੍ਰੈਕਟਿਸ ਕਰਦੇ ਸੀਗੇ ਅਤੇ ਪੜ੍ਹਾਈ ਨੂੰ ਕਿਸ ਤਰ੍ਹਾਂ ਦੇ ਮੈਨੇਜ ਕਰਦੇ ਸੀਗੇ? ਪੜ੍ਹਾਈ ਤਾਂ ਜੀ ਜਿੰਨੀ ਛੇਤੀ ਛੁੱਟ ਗਈ, ਮੈਂ ਸ਼ੁਕਰ ਮਨਾਇਆ ਕਿ ਛੁੱਟੀ ਹੈ, ਅਤੇ ਮੈਂ ਮਤਲਬ ਤਾਂ ਕਿ ਪੂਰੇ 24 ਘੰਟੇ ਕ੍ਰਿਕਟ ਨੂੰ ਦੇ ਸਕਾਂ, ਉਹੀ ਕੋਸ਼ਿਸ਼ ਹੁੰਦੀ ਸੀਗੀ ਕਿ ਜਦੋਂ ਵੀ ਟਾਈਮ ਲੱਗੇ, ਦਿਨ 'ਚ 3 ਸੈਸ਼ਨ ਹੋਣ, 4 ਸੈਸ਼ਨ ਹੋਣ, ਮੈਨੂੰ ਕ੍ਰਿਕਟ ਖੇਡ ਕੇ ਕ੍ਰਿਕਟ ਲਈ ਮਿਹਨਤ ਕਰਕੇ ਬਹੁਤ ਵਧੀਆ ਫੀਲ ਹੁੰਦਾ ਸੀ, ਅਤੇ ਉਹੀ ਕੋਸ਼ਿਸ਼ ਕਰਦਾ ਸੀਗਾ ਕਿ ਜਿੰਨਾ ਹੋ ਸਕੇ ਉਨਾ ਦੇਵਾਂ। ਤੁਹਾਡੀ ਅਕੈਡਮੀ ਦੇ ਵਿੱਚ ਰਮਨ ਗੱਲ ਕੀਤੀ ਜਾਵੇ ਤਾਂ ਕਾਫੀ ਬੱਚੇ ਪ੍ਰੈਕਟਿਸ ਕਰਦੇ ਹੈ, ਅਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਜੀ ਇਹੀ ਕਹਿਣਾ ਚਾਹਾਂਗਾ ਕਿ ਚੰਗੀ ਸੋਚ ਰੱਖੋ, ਆਪਣੇ 'ਤੇ ਬਿਲੀਵ ਰੱਖੋ, ਅਤੇ ਕਿਸੇ ਨੂੰ ਆਪਣਾ ਕੰਪੀਟੀਸ਼ਨ ਨਾ ਸਮਝੋ, ਆਪਣਾ 100% ਦਿਓ ਐਵਰੀ ਟਾਈਮ। ਜਦੋਂ ਵੀ ਤੁਸੀਂ ਮਿਹਨਤ ਕਰ ਰਹੇ ਹੋ ਸੋਚੋ ਕਿ ਆਪਦਾ 100% ਦੇਣਾ, ਜੇ 10 ਰੈਪ ਲਾਉਣੇ ਆ ਤਾਂ 10 ਦੇ 11 ਲਾ ਲਓ, ਬਟ ਉਵੇਂ ਆਪਣਾ ਪੂਰਾ 100% ਦਊਂਗੇ ਜੇ ਮਿਹਨਤ 'ਚ, ਤਾਂ ਰੱਬ ਤੁਹਾਨੂੰ ਜ਼ਰੂਰ ਭਾਗ ਲਾਊਗਾ। ਜੀ ਇਹੋ ਜਿਹੀ ਗੱਲ ਦੱਸੋ ਕਿ ਸੰਘਰਸ਼ ਭਰੇ ਟਾਈਮ ਦੇ ਵਿੱਚ ਤੁਹਾਡੇ ਨਾਲ ਹੋਈ ਹੋ, ਜਿਵੇਂ ਦੌੜਦੇ ਦੌੜਦੇ ਗਿਰ ਗਏ ਹੋ ਜਾਂ ਕੁਛ ਇਹੋ ਜਿਹੀ ਕੋਈ ਗੱਲ ਦੱਸੋ। ਭਾਅ ਜੀ ਸਟਰਗਲ ਹਰ ਕਿਸੇ ਦੀ ਲਾਈਫ 'ਚ ਹੁੰਦਾ, ਮੈਨੂੰ ਐਂ ਲੱਗਦਾ ਕਿ ਜਿਹੜਾ ਸਾਡਾ ਬੈਡ ਟਾਈਮ ਹੈ ਉਹੀ ਸਾਨੂੰ ਵਧੀਆ ਲਈ ਤਿਆਰ ਕਰਦਾ, ਉਹੀ ਸਾਨੂੰ ਮਤਲਬ ਐਵੇਂ ਕਰਦਾ। ਐਵੇਂ ਤਾਂ ਮੈਂ ਕੋਈ ਇੰਸੀਡੈਂਟ ਮਤਲਬ ਉਵੇਂ ਸ਼ੇਅਰ ਨਹੀਂ ਕਰਨਾ ਚਾਹੁੰਦਾ, ਬਟ ਮੈਨੂੰ ਐਂ ਲੱਗਦਾ ਕਿ ਜਦੋਂ ਵੀ ਬੈਡ ਟਾਈਮਸ ਆਉਣ, ਮਤਲਬ ਤੁਸੀਂ ਆਹ ਸੋਚੋ ਕਿ ਚੰਗਾ ਟਾਈਮ ਨੇੜੇ ਆ, ਤਾਂ ਇਹ ਤੁਹਾਨੂੰ ਸਟਰੋਂਗ ਬਣਾਉਣ ਲਈ ਆਇਆ ਟਾਈਮ, ਅਤੇ ਉਹਦੇ ਲਈ ਤਿਆਰੀ ਕਰੋ। ਕੀ ਕਹਿਣਾ ਚਾਹੋਗੇ ਸਰ? ਬੇਟੇ ਨੇ ਹੁਣ ਆ ਗਏ ਕ੍ਰਿਕਟ ਟੀਮ ਦੇ ਵਿੱਚ ਸਿਲੈਕਟ ਹੋ ਗਏ ਹੈ, ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਬਹੁਤ ਵਧੀਆ ਲੱਗਦਾ ਜੀ। ਜਦੋਂ ਸਭ ਤੋਂ ਪਹਿਲਾਂ ਪਤਾ ਲੱਗਿਆ ਸੀਗਾ ਕਿਹੋ ਜਿਹੀ ਖੁਸ਼ੀ ਸਰ ਹੋਈ? ਪੁੱਛ ਨਾ ਕੁਛ ਨਾ, ਉਹ ਪਰਮਾਤਮਾ ਦਾ ਇੰਨਾ ਸ਼ੁਕਰ ਮਨਾਇਆ ਸੱਚੇ ਪਾਤਸ਼ਾਹ, ਦੇਰ ਆਇਆ ਪਰ ਦਰੁਸ਼ਟ ਆਇਆ। ਕਿੰਨੀ ਕੁ ਮਿਹਨਤ ਕਰਦਾ ਸੀ ਰਮਨ ਜਦੋਂ ਕ੍ਰਿਕਟ ਖੇਡ? ਬਹੁਤ ਮਿਹਨਤੀ ਹੈ, ਇਹਦੀ ਮੰਮਾ ਬੜੀ ਮਿਹਨਤੀ ਹੈ, ਇਹਦਾ ਪਾਪਾ ਬੜਾ ਮਿਹਨਤੀ, ਇਹਨਾਂ ਨੇ ਮਿਹਨਤ ਕਰਾਈ ਆਪਾਂ, ਅਤੇ ਇਹਨਾਂ ਦੇ ਕੋਚ ਸਾਹਿਬ ਨੇ ਵਰਿੰਦਰ ਜੀ ਨੇ ਬੜੀ ਮਿਹਨਤ ਕਰਾਈ ਆ, ਅਤੇ ਉਹਦਾ ਫਲ ਇਹਨੂੰ ਮਿਲਿਆ। ਹਾਂ, ਜਦੋਂ ਪਹਿਲਾਂ ਆਈ ਪੀ ਐੱਲ ਦੇ ਵਿੱਚ ਸਿਲੈਕਟ ਹੋਈ ਸੀ ਉਸ ਟਾਈਮ ਕਿਹੋ ਜਿਹੀ ਖੁਸ਼ੀ? ਉਸ ਟਾਈਮ 'ਤੇ 2022 ਦੇ ਵਿੱਚ ਸਿਲੈਕਟ ਹੋਇਆ ਸੀ ਇਹ, ਜਦੋਂ ਇਹ ਬੰਬੇ ਵੱਲੋਂ ਖੇਡਿਆ, ਉਸ ਟਾਈਮ 'ਤੇ ਬਸ ਸੋਚਿਆ ਵੀ ਨਹੀਂ ਸੀ ਵੀ ਇਹ ਆਈ ਪੀ ਐੱਲ 'ਚ ਆ ਜਾਏਗਾ। ਠੀਕ ਹੈ ਨਾ, ਜਦੋਂ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਪਤਾ ਲੱਗਿਆ ਕਿ ਰਮਨ ਜਗ੍ਹਾ ਬਣਾ ਚੁੱਕਿਆ ਹੈ, ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਵੀ ਆ ਰਮਨ ਹੁਣ ਆ ਚੁੱਕਿਆ ਹੈ, ਤਾਂ ਕਿਹੋ ਜਿਹਾ ਲੱਗਿਆ? ਰਮਨ ਪਹਿਲਾਂ ਅਸੀਂ ਸਵੇਰੇ ਗੁਰਬਾਣੀ ਪੜ੍ਹ ਰਹੇ ਸੀ, 6 ਵਜੇ ਉੱਠ ਕੇ ਪਾਠ ਕਰ ਰਹੇ ਦੋਨੋਂ ਜੀ, ਅਤੇ ਬੇਟੇ ਦਾ 6 ਵਜੇ ਫੋਨ ਵੱਜਿਆ, ਹਾਂਜੀ ਕਹਿੰਦਾ ਪਾਪਾ ਸਪੀਕਰ ਔਨ ਕਰ ਲਓ। ਠੀਕ ਆ, ਅਤੇ ਇੰਨਾ ਮੈਂ ਭਾਵਕ ਵੀ ਭਾਵਕ ਹੋ ਗਿਆ ਵੀ ਜਵਾ ਗੱਲ ਹੀ ਨਹੀਂ, ਵੀ ਇੰਨੀ ਖੁਸ਼ੀ ਮਹਾਰਾਜ ਦੀ, ਇੰਨੇ ਹੀ ਸੁਖਰਾਮ ਬਣਾਇਆ ਵੀ ਪਰਮਾਤਮਾ ਤੂੰ ਅਸੀਂ ਇੰਨੇ ਯੋਗੇ ਇੰਨੇ ਜਿੱਥੇ ਪਹੁੰਚਾਤਾ। ਰਮਨ ਦੀ ਮਦਰ ਵੀ ਮੇਰੇ ਨਾਲ ਮੌਜੂਦ ਹੈ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮੈਮ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਜੀ। ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ ਮੈਮ? ਬਸ ਉਸ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਨੇ, ਕੁਛ ਨਹੀਂ ਕਹਿ ਸਕਦੇ, ਮਾਲਕ ਦੀ ਮੌਜ ਹੈ, ਜਦੋਂ ਮਰਜ਼ੀ ਨੀਚੇ ਉਂਚ ਕਰੇ, ਮੇਰਾ ਗੋਬਿੰਦ ਕਾਹੂ ਦੇ ਨਾ ਡਰੇ।
ਤੇ ਬਾਬੇ ਨੇ ਅਸੀਂ ਸੋਚਿਆ ਨਹੀਂ ਸੀ ਇੱਥੇ ਤੱਕ ਪਹੁੰਚਾ ਦੇਣਗੇ ਬਾਬਾ ਜੀ ਤੇ ਪਹੁੰਚਾਇਆ ਮਹਾਰਾਜ ਨਕਸ ਸੰਘਰਸ਼ ਸੰਘਰਸ਼ ਕੀਤਾ ਰਮਨ ਨੇ ਸੰਘਰਸ਼ ਤਾਂ ਬਹੁਤ ਜ਼ਿਆਦਾ ਲਾਈਫ 'ਚ 17 ਸਾਲ ਲੱਗ ਗਏ ਬੱਚੇ ਨੂੰ 2007 ਤੋਂ ਲੈ ਕੇ ਹਾਂਜੀ ਹੁਣ ਤੱਕ 2007 ਤੋਂ ਲੈ ਕੇ ਹੁਣ ਤੱਕ ਇਹ ਸੰਘਰਸ਼ ਹੀ ਕਰਦਾ ਰਿਹਾ ਜੀ ਇਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਲਗਾਤਾਰ ਆਪਣੇ ਗੇਮਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਤਾ ਲੱਗਿਆ ਖੁਸ਼ੀ ਦੇ ਅੰਸ ਉਦੋਂ ਹੁਣ ਵੀ ਨਿਕਲ ਰਹੇ ਉਦੋਂ ਵੀ ਨਿਕਲ ਰਹੇ ਸੀ ਉਦੋਂ ਤਾਂ ਅਸੀਂ ਦੱਸ ਨਹੀਂ ਸਕਦੇ ਵੀ ਮਹਾਰਾਜ ਦਾ ਕਿੱਦਾਂ ਸ਼ੁਕਰਾਨਾ ਕਰੀਏ ਉਸ ਅਕਾਲਪੁਰ ਦੀ ਮੌਜ ਆ ਜੀ ਬਹੁਤ ਕਿਰਪਾ ਕੀਤੀ ਬਾਬਾ ਜੀ ਨੇ ਮਿਹਨਤ ਨੂੰ ਰੰਗ ਲਾਇਆ ਮਿਹਨਤ ਨੂੰ ਰੰਗ ਲਾਇਆ ਜੀ ਹਾਂਜੀ ਨਿੱਤਾਂ ਨੂੰ ਮੁਰਾਦਾਂ ਨੇ ਜੀ ਕਿੰਨੀ ਕਿੰਨੀ ਦੇਰ ਜਿਹੜਾ ਹੈਗਾ ਪ੍ਰੈਕਟਿਸ ਕਰਦਾ ਸੀਗਾ ਰਮਨ ਇਹ ਤਾਂ ਜੀ ਤੁਹਾਨੂੰ ਦੱਸੀਏ ਤਾਂ ਤੁਸੀਂ ਮੰਨੋਗੇ 3:30 ਵਜੇ ਉੱਠ ਜਾਂਦਾ ਸੀ ਸਵੇਰੇ ਹਾਂਜੀ ਇਹਦੇ ਪਾਪਾ ਨੇ ਇਹਨੂੰ ਬੋਲਿੰਗ ਕਰਾਉਣੀ ਅਸੀਂ ਨੈੱਟ ਲਾਇਆ ਹੋਇਆ ਸੀ ਛੱਤ 'ਤੇ ਅਤੇ ਬਹੁਤ ਹਾਰਡ ਵਰਕਿੰਗ ਕੀਤੀ ਹੈ ਬੱਚੇ ਨੇ ਅਤੇ ਇਹਦੇ ਪਾਪਾ ਨੇ ਕਰਾਈ ਹੈ ਬਾਕੀ ਪੇਰੈਂਟਸ ਦੀ ਤੁਹਾਨੂੰ ਪਤਾ ਐਫਰਟਸ ਹੁੰਦੀਆਂ ਹੀ ਨੇ ਸਾਰਾ ਕੁਛ ਹੀ ਦੋਨਾਂ ਦੇ ਦੋਨਾਂ ਜੀਆਂ ਨਾਲ ਪੜ੍ਹਾਈ 'ਚ ਗੱਲ ਕੀਤੀ ਜਾਵੇ ਤਾਂ ਪੜ੍ਹਾਈ 'ਚ ਕਿਸ ਤਰ੍ਹਾਂ ਦਾ ਸੀਗਾ ਰਮਨ ਹੀ ਇਜ਼ ਵੈਰੀ ਬ੍ਰਿਲੀਅੰਟ ਬੋਏ ਤੁਹਾਨੂੰ ਦੱਸ ਨਹੀਂ ਸਕਦੇ ਵੀ ਉਹਦੇ 'ਚ ਮੈਂ ਤਾਂ ਇਹ ਚਾਹੁੰਦੀ ਸੀ ਵੀ ਪੜ੍ਹ ਲਿਖ ਕੇ ਡਾਕਟਰ ਇੰਜੀਨੀਅਰ ਬਣੇ ਬਟ ਇਹਦੇ ਪਾਪਾ ਵੀ ਇੰਟਰਨੈਸ਼ਨਲ ਪਲੇਅਰ ਸੀਗੇ ਅਤੇ ਇਹ ਹਾਂਜੀ ਅਤੇ ਇਹਨਾਂ ਨੂੰ ਸੀ ਕਿ ਇਹ ਸਾਈਕਲਿਸਟ ਹਾਂਜੀ ਇੰਟਰਨੈਸ਼ਨਲ ਪਲੇਅਰ ਨੇ ਹਾਂਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਦੀ ਮਿਹਨਤ ਦਾ ਸਦਕਾ ਹੀ ਇਹ ਕਰਦੇ ਆਪ ਕਰਦੇ ਸੀ ਅਤੇ ਉਸੇ ਤਰੀਕੇ ਨਾਲ ਬੱਚੇ ਨੂੰ ਮਿਹਨਤ ਕਰਾਈ ਇਹਨਾਂ ਨੇ ਰਮਨ ਦੇ ਫਾਦਰ ਦੀ ਗੱਲ ਕੀਤੀ ਜਾਵੇ ਤਾਂ ਰਮਨ ਦੇ ਫਾਦਰ ਖੁਦ ਵੀ ਜਿਹੜੇ ਹੈਗੇ ਇੰਟਰਨੈਸ਼ਨਲ ਪਲੇਅਰ ਰਹਿ ਚੁੱਕੇ ਆ ਸਰ ਤੁਸੀਂ ਵੀ ਇੰਟਰਨੈਸ਼ਨਲ ਪਲੇਅਰ ਰਹਿ ਚੁੱਕੇ ਹੋ ਜੀ ਮੈਂ ਸਾਈਕਲਿੰਗ ਦਾ ਪਲੇਅਰ ਰਿਹਾ ਵਾਂ ਅਤੇ 1990 ਏਸ਼ੀਅਨ ਗੇਮ ਖੇਡਿਆ ਹਾਂ ਅਤੇ ਬਾਹਰ ਦੇ ਟੂਰ ਵੀ ਲਾਏ ਆ ਔਰ ਮੈਂ ਬਿਜਲੀ ਬੋਰਡ ਵਿੱਚ ਜੋਬ ਵੀ ਇਸ ਕਰਕੇ ਮਿਲੀ ਹੈ ਸਪੋਰਟਸ ਕੋਟੇ 'ਚ ਅਤੇ ਨੈਸ਼ਨਲ ਰਿਕਾਰਡ ਹੋਲਡਰ ਹਾਂ ਹਾਂਜੀ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਪੁੱਤਰ ਸਰਬਜੀਤ ਸਿੰਘ ਹੋਰਾਂ ਨੇ ਰਮਨਦੀਪ ਸਿੰਘ ਨੂੰ ਵਧਾਈ ਦਿੱਤੀ ਹੈ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਮੈਂ ਬਹੁਤ ਖੁਸ਼ੀ ਦੀ ਲੈ ਗੱਲ ਹੈ ਸਾਡੇ ਮੋਹਾਲੀ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਜਦ ਕਿ ਇੰਨਾ ਹੁਨਰ ਵਾਲਾ ਮੁੰਡਾ ਅੱਗੇ ਆ ਰਿਹਾ ਅਤੇ ਖਾਸ ਕਰ ਸਾਡੇ ਸ਼ਹਿਰ 'ਚੋਂ ਆ ਰਿਹਾ ਸਾਨੂੰ ਬੜਾ ਖੁਸ਼ੀ ਹੈ ਇਸ ਗੱਲ ਦੀ ਇੱਥੇ ਸਾਰੇ ਲੋਕ ਆਏ ਨੇ ਜਿਹੜੇ ਗੌਰਮੈਂਟ ਲੋਕ ਆਏ ਉਹ ਇਸੇ ਕਰਕੇ ਆਏ ਕਿਉਂਕਿ ਉਹਨਾਂ ਨੂੰ ਦੀਵਾਲੀ ਤੋਂ ਪਹਿਲਾਂ ਇੱਕ ਜਿਵੇਂ ਸੈਲਰੀ ਦਾ ਬੋਨਸ ਮਿਲਿਆ ਸਾਨੂੰ ਡਬਲ ਬੋਨਸ ਮਿਲ ਗਿਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਵਧੀਆ ਲੱਗਿਆ ਅਤੇ ਰਮਨ ਨੂੰ ਮਿਲ ਕੇ ਉਹਨੂੰ ਦੇਖ ਕੇ ਅੱਜ ਮੈਂ ਇਸ ਗੱਲ ਦਾ ਦਾਅਵਾ ਕਰ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਵੱਡੇ ਰਿਕਾਰਡ ਟੁੱਟਣਗੇ ਉਹ ਮੁੰਡਾ ਬਹੁਤ ਜ਼ਿਆਦਾ ਡੈਡੀਕੇਸ਼ਨ ਦੇ ਨਾਲ ਚੱਲਣ ਵਾਲਾ ਬੰਦਾ ਹੈ ਉਹ ਅਤੇ ਉਹਨੇ ਪੂਰੀ ਆਪਣੀ ਲਾਈਫ ਜਿਹੜੀ ਕ੍ਰਿਕਟ ਨੂੰ ਸਮਰਪਿਤ ਕਰਤੀ ਉਹਦੇ ਪੇਰੈਂਟਸ ਨੇ ਕਰਤੀ ਤਾਂ ਹੁਣ ਤੁਸੀਂ ਦੇਖਿਓ ਰਿਕਾਰਡ ਦੇ ਰਿਕਾਰਡ ਟੁੱਟਣੇ ਆਉਣ ਵਾਲੇ ਟਾਈਮ ਦਾ ਕੋਹਲੀ ਅਤੇ ਰੋਹਿਤ ਸ਼ਰਮਾ ਨਿਕਲੇਗਾ ਜੀ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਉਹਨਾਂ ਸੋਨੀ ਸਾਰੇ ਬੱਚਿਆਂ ਨੂੰ ਜਿਹੜੇ ਹੈਗੇ ਨੇ ਕ੍ਰਿਕਟ ਦਾ ਜਾਂ ਕਿਸੇ ਵੀ ਸਪੋਰਟਸ ਦੇ ਵਿੱਚ ਰੁਚੀ ਰੱਖਦੇ ਨੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਵੀ ਆਪਣੀ ਹਿੰਮਤ ਨਹੀਂ ਕਦੇ ਹਾਰਨੀ ਇੱਕ ਮੈਚ ਦੋ ਮੈਚ ਤਿੰਨ ਮੈਚ ਜਦ ਤੁਸੀਂ ਹਾਰਡਵਰਕ ਕਰਨਾ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਹਾਰਡਵਰਕ ਉਹ ਪੇ ਕਰੇਗਾ ਹੀ ਕਰੇਗਾ ਤਾਂ ਕਦੇ ਇਹ ਨਹੀਂ ਸੋਚਣਾ ਕਿ ਮੈਨੂੰ ਇਸ ਵਾਰ ਨਹੀਂ ਮੌਕਾ ਮਿਲਿਆ ਤਾਂ ਮੈਂ ਛੱਡ ਦਵਾਂ ਉਸ ਚੀਜ਼ ਨੂੰ ਛੱਡਣਾ ਨਹੀਂ ਡੈਡੀਕੇਸ਼ਨ ਰੱਖਣੀ ਆ ਹਾਰਡਵਰਕ ਰੱਖਣਾ ਅਤੇ ਆਪਣੇ ਗੇਮ ਦੇ ਪ੍ਰਤੀ ਪੂਰੇ ਓਨਸਟ ਰਹਿਣਾ ਰਮਨ ਨੂੰ ਮੈਂ ਇਹ ਕਹਿਣਾ ਚਾਹਾਂਗਾ ਤੂੰ ਸਾਡਾ ਮਾਣ ਵਧਾਇਆ ਅਤੇ ਹੁਣ ਰਿਕਾਰਡ ਤੋੜ ਕੇ ਸਾਡਾ ਇੱਕ ਵਾਰ ਫੇਰ ਮਾਣ ਵਧਾ ਅਸੀਂ ਇਹ ਤੋਂ ਵੱਡਾ ਪ੍ਰੋਗਰਾਮ ਕਰਕੇ ਤੁਹਾਡਾ ਸਵਾਗਤ ਕਰਾਂਗੇ ਬਹੁਤ ਬਹੁਤ ਧੰਨਵਾਦ ਰਮਨਦੀਪ ਸਿੰਘ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣਿਆ ਸੋ ਅਜਿਹੇ ਖਿਡਾਰੀਆਂ ਦੀ ਖੇਡ ਜਗਤ ਅਤੇ ਸਮਾਜਿਕ ਸੰਸਥਾਵਾਂ ਨੂੰ ਵੱਧ ਤੋਂ ਵੱਧ ਮਾਲੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਖਿਡਾਰੀ ਖੇਡ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਦਾ ਅਤੇ ਨਾਲ ਸੂਬੇ ਅਤੇ ਦੇਸ਼ ਦਾ ਪੂਰਾ ਨਾਮ ਰੌਸ਼ਨ ਕਰ ਸਕਣ ਦਨਮਿਊਟ ਲਈ ਮੋਹਾਲੀ ਤੋਂ ਮਨੀਸ਼ ਕੁਮਾਰ ਦੀ ਰਿਪੋਰਟ